ਪਰਸੋਂ ਜੀ ਸਪੈਨ ਦਾ ਨਾਮ ਸਲੋਨੀ ਹੈ, ਇਹ ਭੈਣੀ ਬਾਗਰ ਦੇ ਰਹਿਣ ਵਾਲੇ ਨੇ ਔਰ ਇਹ ਆਪਣੀ ਗਵਾਹੀ ਵਿੱਚ ਦੱਸ ਰਹੀ ਹੈ ਕਿ ਦੋ ਦਿਨ ਪਹਿਲਾਂ ਮੇਰੀ ਧੜਕਣ ਕਾਫੀ ਤੇਜ਼ ਹੋ ਗਈ ਜਿਸ ਕਾਰਨ ਮੈਂ ਡਾਕਟਰ ਦੇ ਕੋਲ ਅਚਾਨਕ ਗਈ ਔਰ ਡਾਕਟਰਾਂ ਨੇ ਮੇਰਾ ਟੈਸਟ ਕੀਤਾ ਔਰ ਟੈਸਟ ਕਰਨ ਤੋਂ ਬਾਅਦ ਮੈਂ ਜਦੋਂ ਘਰ ਵਾਪਸ ਆਈ ਤਾਂ ਅਚਾਨਕ ਮੈਨੂੰ ਸ਼ਾਮ ਨੂੰ ਅਟੈਕ ਹੋ ਗਿਆ ਜਿਸ ਕਾਰਨ ਅਟੈਕ ਹੋਣ ਤੋਂ ਬਾਅਦ ਇਹਨਾਂ ਦਾ ਬੀਪੀ ਲੋਅ ਹੋ ਚੁੱਕਾ ਸੀ। ਤੁਹਾਡਾ ਬੀਪੀ ਕਿੰਨਾ ਸੀ? ਬਿਲਕੁਲ ਡੈਡ ਹੋ ਚੁੱਕਾ ਸੀ। ਤੇ ਜਦੋਂ ਤੁਸੀਂ ਡਾਕਟਰ ਕੋਲ ਮੈਡੀਸਨ ਲੈ ਕੇ ਗਏ, ਤੁਸੀਂ ਇੰਜੈਕਸ਼ਨ ਵੀ ਦੱਸਿਆ ਕਿ ਇੰਜੈਕਸ਼ਨ ਲਵਾਏ, ਮੈਡੀਸਨ ਕੋਈ ਵੀ ਫਰਕ ਨਹੀਂ। ਅਚਾਨਕ ਜਦੋਂ ਤੁਸੀਂ ਘਰ ਆਏ ਤਾਂ ਸ਼ਾਮ ਨੂੰ ਤੁਹਾਡੀ ਬੋਡੀ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਹ ਦੱਸ ਰਹੇ ਨੇ ਕਿ ਮੇਰੀ ਬੋਡੀ ਨੇ ਬਿਲਕੁਲ ਕੰਮ ਕਰਨਾ ਬੰਦ ਕਰ ਦਿੱਤਾ, ਮੇਰੀਆਂ ਲੱਤਾਂ ਖਲੋ ਗਈਆਂ ਜਿਸ ਕਾਰਨ ਮੈਨੂੰ ਚੱਲਣ 'ਚ ਦਿੱਕਤ ਆ ਰਹੀ ਸੀ ਔਰ ਮੇਰੀ ਬੋਡੀ ਕੁਝ ਵੀ ਮੂਵਮੈਂਟ ਨਹੀਂ ਕਰ ਪਾ ਰਹੀ ਸੀ ਔਰ ਇਹਨਾਂ ਦੀ ਫੈਮਿਲੀ ਪਰੇਸ਼ਾਨ ਹੋ ਗਈ ਔਰ ਜਲਦ ਹੀ ਇਹਨਾਂ ਨੇ ਪਰਮੇਸ਼ਵਰ ਦੇ ਦਾਸ ਨੂੰ ਫੋਨ ਲਗਾਇਆ ਔਰ ਪਰਮੇਸ਼ਵਰ ਦੇ ਦਾਸ ਜਲਦ ਇਹਨਾਂ ਦੇ ਘਰ ਵਿੱਚ ਪਹੁੰਚੇ ਔਰ ਪਰਮੇਸ਼ਵਰ ਦੇ ਦਾਸ ਨੇ ਇਹਨਾਂ ਦੇ ਉੱਤੇ ਪ੍ਰਾਰਥਨਾ ਕੀਤੀ ਔਰ ਪਰਮੇਸ਼ਵਰ ਦੇ ਦਾਸ ਨੇ ਇਹਨਾਂ ਨੂੰ ਬੋਲਿਆ, ਤੁਸੀਂ ਪ੍ਰੇਅਰ ਆਇਲ ਲਗਾਤਾਰ ਇਹਨਾਂ ਦੇ ਉੱਤੇ ਅਪਲਾਈ ਕਰਨਾ ਹੈ ਔਰ ਲਗਾਤਾਰ ਪ੍ਰੇਅਰ ਆਇਲ ਇਹਨਾਂ ਦੀ ਬੋਡੀ ਤੇ ਅਪਲਾਈ ਕਰਨਾ ਸਟਾਰਟ ਕੀਤਾ ਸ਼ਾਮ ਨੂੰ ਔਰ ਉਸ ਆਇਲ ਅਪਲਾਈ ਕਰਨ ਤੋਂ ਬਾਅਦ ਤੁਸੀਂ ਕਿੰਨੇ ਮਿੰਟ ਬਾਅਦ ਚੱਲਣ ਲੱਗ ਪਿਆ? ਲੱਤਾਂ ਚੱਲਣੀਆਂ ਤੁਹਾਡੀਆਂ ਸਟਾਰਟ ਹੋ ਗਈਆਂ ਕਿਉਂਕਿ ਲੱਤਾਂ ਬਿਲਕੁਲ ਖਲੋ ਚੁੱਕੀਆਂ ਸੀ ਇਹਨਾਂ ਦੀਆਂ। ਅਪੋਸਟਲ ਜੀ ਇਹ ਦੱਸ ਰਹੇ ਨੇ ਕਿ ਇਹਨਾਂ ਦੀਆਂ ਲੱਤਾਂ ਬਿਲਕੁਲ ਖਲੋ ਚੁੱਕੀਆਂ ਸੀ ਜਿਸ ਕਾਰਨ ਕਿ ਚੱਲ ਵੀ ਨਹੀਂ ਪਾ ਰਹੇ ਸੀ। ਇਹਨਾਂ ਦੀ ਫੈਮਿਲੀ ਰੋ ਰਹੇ ਸੀ, ਇਹਨਾਂ ਦੇ ਬੱਚੇ ਰੋ ਰਹੇ ਸੀ ਕਿ ਮੇਰੀ ਮੰਮੀ ਨੂੰ ਕੀ ਹੋ ਚੁੱਕਾ ਹੈ ਕਿਉਂਕਿ ਅਚਾਨਕ ਇਹਨਾਂ ਦੇ ਬੋਡੀ ਦੇ ਉੱਤੇ ਅਟੈਕ ਹੋਇਆ ਸੀ ਜਿਸ ਕਾਰਨ ਇਹਨਾਂ ਦਾ ਬੀਪੀ ਲੋਅ ਹੋ ਚੁੱਕਿਆ ਸੀ, ਇਹਨਾਂ ਦੀ ਬੋਡੀ ਨੇ ਮੂਵਮੈਂਟ ਕਰਨਾ ਬੰਦ ਕਰ ਦਿੱਤਾ ਔਰ ਜਦੋਂ ਤੁਸੀਂ ਇਹਨਾਂ ਉੱਤੇ ਪ੍ਰਾਰਥਨਾ ਕੀਤੀ, ਇਹਨਾਂ ਨੇ ਆਇਲ ਅਪਲਾਈ ਕੀਤਾ, ਦੋ ਹਫ਼ਤੇ ਹੋ ਚੁੱਕੇ, ਪੈਨ ਬਿਲਕੁਲ ਠੀਕ ਹੈ, ਚੱਲ ਪਾ ਰਹੇ ਨੇ ਔਰ ਪਰਮੇਸ਼ਰ ਨੇ ਇਹਨਾਂ ਨੂੰ ਡੈਥ ਸਪੇਅਰ ਤੋਂ ਆਜ਼ਾਦ ਕੀਤਾ, ਇਹ ਪੈਨ ਚੱਲ ਪਾ ਰਹੇ ਨੇ। ਇਹਨਾਂ ਦਾ ਪੂਰਾ ਘਰ ਦੁੱਖ ਗਿਆ ਜੀ, ਇਹ ਬੈਡ